ताजातरीन खबरों के लिए प्राइम न्यूज 24 को सब्सक्राइब करें और बेल आइकन का बटन दबाएं। नमस्कार, मैं खुशबू और आप देख रहे हैं प्राइम न्यूज 24 सच की आवाज। गुरदासपुर के गांव कोट संतोखराय में जमीनी विवाद को लेकर कल दो भाइयों के हुए कत्ल मामले में दोषियों की गिरफ्तारी न होने के चलते पीड़ित परिवार ने गाँव के लोगों के साथ बड़ी गिनती में मृतक शवों को पठानकोट अमृतसर नेशनल हाईवे पर रख हाईवे बंद कर किया जा रहा है रोष प्रदर्शन। इसके बारे में जानकारी देते हुए मृतकों के परिजनों ने बताया है कि पहले भी हम लोग पुलिस से कई बार मदद मांग चुके हैं, पर पुलिस ने कोई मदद नहीं की। हम मांग करते हैं कि जब तक सभी दोषी पकड़े नहीं जाते तब तक धरना जारी रहेगा। फिलहाल पुलिस की अधिकारी पीड़ित परिवार से बात कर उन्हें आश्वासन दे रहे हैं। ਸਾਡੇ ਬੰਦਿਆਂ ਨੇ ਪੁਲਿਸ ਨੂੰ ਕਾਲ ਕੀਤੀ, ਸਾਡੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ, ਉਹਨਾਂ ਕਾਲ ਦਾ ਕੋਈ ਜਵਾਬ ਨਹੀਂ ਦਿੱਤਾ, ਨਾ ਇਹਨਾਂ ਨੇ ਬੰਦੇ ਅਰੈਸਟ ਕੀਤੇ। ਅਗਰ ਜੇ ਉਸ ਦਿਨ ਕਾਲ ਦਾ ਇਹ ਕਾਰਵਾਈ ਕਰ ਲੈਂਦੇ ਤਾਂ ਸਾਡੇ ਬੰਦੇ ਲਈ ਡੈਥ ਨਹੀਂ ਹੁੰਦੀ, ਠੀਕ ਜੇ। ਅਸੀਂ ਹੁਣ ਪੁਲਿਸ ਨੂੰ ਮੰਗ ਕਰਦੇ ਹਾਂ ਵੀ ਸਾਡੇ ਦੋਸ਼ੀ ਜਿਹੜੇ ਆ ਨਾ ਇਹ ਜਲਦ ਤੋਂ ਜਲਦ ਫੜੇ ਜਾਣ, ਠੀਕ ਜੇ। ਦੋਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹਨਾਂ ਨੇ 5 ਦੋਸ਼ੀ ਫੜੇ ਆ, ਜਿਹੜੇ ਮੇਨ 2 ਦੋਸ਼ੀ ਆ ਨਾ ਉਹਨੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ, ਉਹ ਫੜੇ ਜਾਣ। ਦੂਸਰਾ SIT ਜਿਹੜੀ ਆ ਗਠਨ ਕਰਕੇ ਉੱਚ ਦਰਜੇ 'ਤੇ ਜਾਂਚ ਕੀਤੀ ਜਾਵੇ, ਠੀਕ ਜੇ। ਤੀਸਰਾ ਜੋ ਸਾਡਾ ਸਾਊਦੀਆ 'ਚ ਬੇਟਾ ਇੱਕ ਵਾ ਉੱਥੇ ਫਸਿਆ ਵਾ ਐਕਸੀਡੈਂਟ ਦੇ ਕੇਸ ਵਿੱਚ, ਤਕਰੀਬਨ ਉੱਥੇ 40 ਲੱਖ ਰੁਪਏ ਦਾ ਹੈਗਾ ਵਾ, ਉਹਨਾਂ ਨੇ ਜੁਰਮਾਨਾ ਪਾਇਆ। ਉਹ ਅਸੀਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਕਰੀ ਰਿਕੁਐਸਟ ਕਰਦੇ, ਬੇਨਤੀ ਕਰਦੇ ਹਾਂ ਵੀ ਉਹਨੂੰ ਇੱਥੇ ਲਿਆਂਦਾ ਜਾਵੇ, ਕਿਉਂਕਿ ਇਹਨਾਂ ਦਾ ਸਹਾਰਾ ਕੋਈ ਨਹੀਂ ਰਹਿ ਗਿਆ। 3 ਬੇਟੇ, 2 ਦੀ ਡੈਥ ਹੋ ਗਈ ਆ ਅਤੇ 1 ਹੀ ਉਹ ਬੇਟਾ ਉੱਥੇ ਆ, ਉਹ ਸਹਾਰਾ ਉਹਨਾਂ ਦਾ। 1 ਉਹਨਾਂ ਦੀ ਸਿਸਟਰ ਆ, ਉਹ ਬਿਲਕੁਲ ਸਿੱਧੀ ਆ ਵਿਚਾਰੀ, ਉਹਨੂੰ ਕੋਈ ਪਤਾ ਨਹੀਂ ਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ। वहीं मौके पर पहुंचे DSP धारीवार कुलविंदर सिंह विर्क ने कहा कि मृतक के परिजनों ने रोष जताया है कि सब दोषी पकड़े जाएं। हमने कार्रवाई करते हुए 6 लोगों के खिलाफ मामला दर्ज किया है। अब तक 4 दोषियों को गिरफ्तार कर लिया गया है, जिसमें मुख्य दोषी साबका फौजी जसविंदर सिंह को भी गिरफ्तार कर लिया गया है और 2 बाकी बचे हैं, उन्हें भी जल्द गिरफ्तार कर लिया जाएगा। प्राइम न्यूज 24 के लिए ਜਤਿੰਦਰ ਕੁਲਨਰ ਕੀ ਰਿਪੋਰਟ। ਕੱਲ ਆਲੂਵਾਲ ਪਿੰਡ ਪੈਂਦਾ, ਉੱਥੇ ਤੋਂ ਮਰਡਰ ਹੋ ਗਿਆ ਸੀ। ਉਹ ਮਰਡਰਾਂ ਦੇ ਸੰਬੰਧ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ ਹੈ, ਉਹਦੇ ਵਿੱਚੋਂ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ। 2 ਦੋਸ਼ੀ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ, ਇਹ ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹ ਦੋਵਾਂ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਲਾ ਰਹੇ ਆ। 6 ਬੰਦਿਆਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ, 2 ਰਹਿੰਦੇ ਆ, ਬਾਕੀ ਫੜਦੇ ਆ। ਧਰਨਾ ਇਹਨਾਂ ਨੂੰ ਸਮਝਾ ਬੁਝਾ ਕੇ ਜਿਹੜਾ ਇਹਨਾਂ ਨੂੰ ਦੱਸ ਰਹੇ ਮੈਨੂੰ ਇਹ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ ਵੱਖ ਪੁਲਿਸ ਪਾਰਟੀਆਂ ਬਣਾਈਆਂ, ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ।